I am Mrs. Anant Bir Chima, English mistress, presently working at Government Senior Secondary Smart School, Nanpur Keshon District, Patiala. Bohat efforts carry hegia government to promote English language, to educate people and children sitting at a distance from schools, and these lectures, especially being designed. to be telecasted during the school routine so bachho tusi is da pura pura laabh uthan di koshish kariya karo kyunki ehho jahe mauke bahut kat milde ne jithe sarkar inne zyada efforts kar rahi hai tvaade vade vaste chalo aaj dekhde ha ki sade aaj de session ch ki hai so today we are going to read a poem that is lesson number 8 and the poem is i am writing a letter ਤੁਹਾਨੂੰ ਪਤਾ ਹੈ ਪੁਰਾਣੇ ਜ਼ਮਾਨੇ ਵਿੱਚ ਨਾ ਇੰਟਰਨੈਟ ਹੁੰਦਾ ਸੀ ਨਾ ਮੋਬਾਈਲ ਫੋਨਸ ਹੁੰਦੇ ਸੀ ਨਾ ਟੈਲੀਗ੍ਰਾਮਸ ਹੁੰਦੀਆਂ ਸੀ ਕੀ ਹੁੰਦਾ ਸੀ ਜ਼ਰੀਆ ਇਧਰੋਂ ਉਧਰ ਸੰਦੇਸ਼ ਪਹੁੰਚਾਉਂਦਾ ਦੱਸ ਸਕਦਾ ਕੋਈ ਤੁਸੀਂ ਹਿਸਟਰੀ ਚ ਪੜ੍ਹਿਆ ਹੀ ਹੋਣਾ ਕਿ ਪੁਰਾਣੇ ਜ਼ਮਾਨੇ ਵਿੱਚ ਇਧਰੋਂ ਉਧਰੋਂ ਸੰਚਾਰ ਕਿਵੇਂ ਹੁੰਦਾ ਸੀ ਮੈਸੇਜੇਸ ਕਿਵੇਂ ਹੁੰਦੇ ਸੀ ਯੈਸ ਵੈਰੀ ਰਾਈਟ ਪਹਿਲਾਂ ਪਿਜਨਸ ਨੂੰ ਟ੍ਰੇਨ ਕੀਤਾ ਜਾਂਦਾ ਸੀ ਮੁਗਲਾਂ ਦੇ ਜ਼ਮਾਨੇ ਵਿੱਚ ਪਿਜਨਸ ਨੂੰ ਟ੍ਰੇਨ ਕੀਤਾ ਜਾਂਦਾ ਸੀ ਫਿਰ ਉਹਨਾਂ ਦੇ ਪੈਰ ਤੇ ਸੰਦੇਸ਼ ਬੰਨ ਦਿੱਤਾ ਜਾਂਦਾ ਸੀ ਤੇ ਪਿਜਨ ਉੱਡ ਕੇ ਪਿਜਨ ਕੀ ਹੁੰਦੇ ਨੇ ਬੇਟੇ ਕਬੂਤਰ ਇੱਕ ਥਾਂ ਤੋਂ ਸੰਦੇਸ਼ ਦੂਸਰੇ ਥਾਂ ਤੇ ਪਹੁੰਚਾਉਂਦੇ ਸੀ ਉਸ ਟਾਈਮ ਦਾ ਇਹ ਟੈਲੀਗ੍ਰਾਫਿਕ ਮੋਡ ਸੀਗਾ ਹੌਲੀ ਹੌਲੀ ਲੋਕ ਤੁਰ ਫਿਰ ਕੇ ਜਾਣ ਲੱਗੇ ਕੀ ਕਹਿੰਦੇ ਨੇ ਉਹਨਾਂ ਨੂੰ ਦੂਤ ਇੱਕ ਥਾਂ ਤੋਂ ਸੰਚਾਰ ਦੂਸਰੀ ਥਾਂ ਤੇ ਮੈਸੇजेस ਜਾਣ ਲੱਗ ਗਏ ਹੌਲੀ ਹੌਲੀ ਹੋਰ ਪਰਿਵਰਤਨ ਆਇਆ ਫਿਰ ਲੈਟਰਸ ਲਿਖੀਆਂ ਜਾਣ ਲੱਗੀਆਂ ਲੈਟਰਸ ਦਾ ਚਲੋ ਪਹਿਲੇ ਜ਼ਮਾਨੇ ਵਿੱਚ ਵੀ ਲਿਖੀਆਂ ਜਾਂਦੀਆਂ ਸੀ ਪਰ ਉਦੋਂ ਪੋਸਟਮੈਨ ਜਿਹੜੇ ਹੁੰਦੇ ਸੀ ਉਹ ਡਿਫਰੈਂਟ ਹੁੰਦੇ ਸੀ ਪਹਿਲਾਂ ਸਾਡਾ ਪੋਸਟਮੈਨ ਕਬੂਤਰ ਹੁੰਦਾ ਸੀ ਫਿਰ ਸਾਡੇ ਪੋਸਟਮੈਨ ਸਾਡੇ ਮੈਸੇਂਜਰਸ ਬਣ ਗਏ ਫਿਰ ਹੌਲੀ ਹੌਲੀ ਪੋਸਟਮੈਨ ਹੀ ਆ ਗਏ ਪੋਸਟਮੈਨ অর ਪੋਸਟਮੈਨ ਡਾਕੀਆ ਜਿੰਨੂੰ ਤੁਸੀਂ ਕਹਿੰਦੇ ਹੋ ਪਰ ਪਹਿਲਾਂ ਤੁਹਾਨੂੰ ਪਤਾ ਹੈ ਰਿਸ਼ਤੇ ਇੰਨੇ ਸਟਰੋਂਗ ਕਿਉਂ ਹੁੰਦੇ ਸੀ ਕਿਉਂਕਿ ਅਸੀਂ ਲੈਟਰਸ ਬਹੁਤ ਲਿਖਦੇ ਸੀ ਲੈਟਰਸ ਜਿਸੀਂ ਆਪਣੇ ਪੂਰੀਆਂ ਇਮੋਸ਼ਨਸ ਪਾ ਦਿੰਦੇ ਆ ਅਸੀਂ ਆਪਣੇ ਪੂਰੀ ਫੀਲਿੰਗਸ ਡਿਸਕ੍ਰਾਈਬ ਕਰਦੇ ਆ ਕਿ ਮੈਂ ਤੁਹਾਡੇ ਬਾਰੇ ਕੀ ਸੋਚਦੀ ਆ ਮੈਨੂੰ ਤੁਸੀਂ ਕਿੰਨੇ ਯਾਦ ਆਉਂਦੇ ਹੋ ਪੇਰੈਂਟਸ ਆਪਣੇ ਬੱਚਿਆਂ ਨੂੰ ਲਿਖਦੇ ਸੀ ਬੱਚੇ ਆਪਣੇ ਪੇਰੈਂਟਸ ਨੂੰ ਲਿਖਦੇ ਸੀ ਮੇਰਾ ਬੇਟਾ ਵੀ ਹੌਸਟਲ 'ਚ ਪੜਦਾ ਸੀ ਉਹ ਵੀ ਮੈਨੂੰ ਹਰ ਹਫ਼ਤੇ ਚਿੱਠੀ ਲਿਖਦਾ ਸੀ ਔਰ ਮੈਨੂੰ ਇੰਨੇ ਪਿਆਰੀ ਲੱਗਦੇ ਸੀ ਉਹ ਮੈਂ ਚਿੱਠੀਆਂ ਦਾ ਇੱਕ ਬੰਡਲ ਬਣਾ ਕੇ ਇੱਕ ਫਾਇਰ 'ਚ ਲਗਾ ਕੇ ਰੱਖਿਆ ਹੋਇਆ ਹੁਣ ਤੁਸੀਂ ਵਟਸਐਪ ਤੇ ਚੈਟ ਕਰਦੇ ਹੋ ਜਾਂ ਤੁਸੀਂ ਮੈਸੇजेस ਭੇਜਦੇ ਹੋ ਉਹਨਾਂ 'ਚ ਇਹਨੇ ਇਮੋਸ਼ਨਸ ਨਹੀਂ ਹੁੰਦੇ ਤੁਸੀਂ ਆਰਟੀਫੀਸ਼ੀਅਲ ਇਮੋਸ਼ਨਸ ਪਾਉਣਿਓ ਇਮੇਜੀਸ ਪਾਉਣਿਓ ਤਾਲੀਆਂ ਵਾਲੀ ਹੱਥ ਜੋੜਨ ਵਾਲੀ ਸਮਾਈਲ ਪਾਉਣਿਓ ਪਰ ਜੋ ਲਿਖ ਕੇ ਤੁਸੀਂ ਪਾ ਸਕਦੇ ਹੋ ਨਾ ਫੀਲਿੰਗਸ ਉਹ ਟੈਕਨੀਕਲੀ ਨਹੀਂ ਆ ਸਕਦੀ ਇਹ ਜਿਹੜਾ ਪੋਇਮ ਹੈਗਾ ਬੇਟਾ ਮੈਂ ਜਦੋਂ ਇਹ ਪੜੀ ਤਾਂ ਮੈਨੂੰ ਐ ਲੱਗਿਆ ਕਿ ਇਹ ਦੋ ਤਰ੍ਹਾਂ ਦਾ ਮੈਸੇਜ ਸਾਡੇ ਤੱਕ ਪਹੁੰਚਾਉਣਾ ਚਾਹੀਦੀ ਹੈ ਇੱਕ ਤਾਂ ਅਗਰ ਤੁਸੀਂ ਪੋਇਮ ਪੜੋਂ ਪੜੀ ਹੋਏ ਜਾਂ ਚਲੋ ਹੁਣ ਅੱਜ ਤੁਸੀਂ ਮੇਰੇ ਨਾਲ ਪੜੋਂਗੇ ਤਾਂ ਜਿਉਂ-ਜਿਉਂ ਤੁਸੀਂ ਪੋਇਮ ਪੜੋਂਗੇ ਤੁਹਾਨੂੰ ਅਹਿਸਾਸ ਹੋਏਗਾ ਕਿ ਪੋਇਟ ਨੇ ਬੜੇ ਅੱਛੇ ਅੰਦਾਜ਼ ਨਾਲ ਤੁਹਾਨੂੰ ਸਿਖਾਇਆ ਹੈ ਕਿ ਲੈਟਰ ਲਿਖੀ ਦੀ ਕਿਵੇਂ ਠੀਕ ਹੈ ਇੱਕ ਤਾਂ ਇਹ ਸਾਡਾ ਮਸਲਾ ਹੱਲ ਹੋ ਗਿਆ ਕਿਸ ਨੂੰ ਲੈਟਰ ਲਿਖਣੇ ਆ ਰਹੀ ਹੈ ਦੂਸਰੀ ਗੱਲ ਹੈ ਕਿ ਇੱਕ ਛੋਟੇ ਜਿਹੇ ਬੱਚੇ ਦੀਆਂ ਇਮੋਸ਼ਨਸ ਨੇ ਕਿ ਚਾਹੇ ਉਹਨੇ ਕਾਲੀ-ਕਾਲੀਚ ਲਿਖਿਆ ਚਾਹੇ ਪਿਆਰ ਨਾਲ ਚਾਹੇ ਤੇਜ਼ੀ ਚ ਪਰ ਉਹਨੇ ਆਪਣੇ ਮਦਰ ਨੂੰ ਇੱਕ ਚਿੱਠੀ ਲਿਖੀ ਅਰੇ ਬੜਾ ਖੁਸ਼ ਸੀ ਬੜਾ ਉਤਸ਼ਾਹਿਤ ਸੀ ਬੜਾ ਹੋ ਐਨਥੂਸੀਆਸਟਿਕ ਸੀਗਾ ਕਿ ਮੇਰੀ ਚਿੱਠੀ ਉੱਡ ਕੇ ਮੇਰੀ ਮੰਮੀ ਕੋਲ ਪਹੁੰਚ ਰਹੀ ਹੈ ਸੋ ਲੈਟਸ ਸੀ ਕਿ ਤੁਹਾਨੂੰ ਕਿਹੜਾ ਥੀਮ ਸੂਟੇਬਲ ਲੱਗਦਾ ਆਫਟਰ ਰੀਡਿੰਗ ਦ ਪੋਇਮ ਸੋ ਲੈਟਸ ਸਟਾਰਟ I am writing a letter to send by the evening post. ਬੱਚਾ ਕਹਿੰਦਾ ਕਿ ਮੈਂ ਇੱਕ ਚਿੱਠੀ ਲਿਖ ਰਿਹਾ ਹਾਂ ਜੋ ਮੈਂ ਸ਼ਾਮ ਦੀ ਡਾਕ ਵਿੱਚ ਪਾਉਣੀ ਹੈ। ਤੁਹਾਨੂੰ ਪਤਾ ਹੈ ਨਾ ਕਿ ਡਾਕ ਦੋ ਵਾਰੀ ਨਿਕਲਦੀ ਹੈ ਦਿਨ 'ਚ ਇੱਕ ਵਾਰ ਸਵੇਰੇ 10 ਵਜੇ ਇੱਕ ਵਾਰ ਬਾਅਦ ਦੁਪਹਿਰ 2 ਵਜੇ। ਤਾਂ ਕਹਿੰਦਾ ਕਿ ਮੈਂ ਹੁਣ ਚਿੱਠੀ ਲਿਖ ਰਿਹਾ ਹਾਂ ਤਾਂ ਕਿ ਸ਼ਾਮ ਦੀ ਡਾਕ ਵਿੱਚ ਮੇਰੀ ਚਿੱਠੀ ਪੋਸਟ ਹੋ ਜਾਵੇ ਮੈਂ ਲੈਟਰ ਬਾਕਸ ਵਿੱਚ ਜਾ ਕੇ ਚਿੱਠੀ ਪਾ ਦਾਂ ਜਾਂ ਮੈਂ ਪੋਸਟ ਆਫਿਸ ਵਿੱਚ ਜਾ ਕੇ ਆਪਣੀ ਚਿੱਠੀ ਪੋਸਟ ਕਰ ਦਾਂ ਆਈ ਐਮ ਰਾਈਟਿੰਗ ਅ ਲੈਟਰ ਟੂ ਸੈਂਡ ਬਾਈ ਦ ਈਵਨਿੰਗ ਪੋਸਟ ਇਟ ਇਜ਼ ਟੂ ਦ ਪਰਸਨ ਆਈ ਕੇਅਰ ਫੋਰ ਦ ਮੋਸਟ ਕਹਿੰਦਾ ਮੈਂ ਚਿੱਠੀ ਉਸ ਇਨਸਾਨ ਲਈ ਲਿਖ ਰਹਾ ਹਾਂ ਜਿਹਦੇ ਲਈ ਮੈਂ ਬਹੁਤ ਜ਼ਿਆਦਾ ਕੇਅਰ ਰੇਗਾ ਮਤਲਬ ਜਿਹਦੀ ਮੈਂ ਬਹੁਤ ਜ਼ਿਆਦਾ ਪਰਵਾਹ ਕਰਦਾ ਲਾਈਫ 'ਚ ਕੁਝ ਖੀ ਬੰਦੇ ਹੁੰਦੇ ਨੇ ਜਿਨ੍ਹਾਂ ਦੀ ਤੁਸੀਂ ਬਹੁਤ ਜ਼ਿਆਦਾ ਪਰਵਾਹ ਕਰਦੇ ਹੋ ਔਰ ਉਸ ਪਰਵਾਹ ਵਿੱਚ ਬਹੁਤ ਜ਼ਿਆਦਾ ਪਿਆਰ ਹੁੰਦਾ ਬਹੁਤ ਜ਼ਿਆਦਾ ਅਫੈਕਸ਼ਨ ਹੁੰਦੀ ਆ ਬਹੁਤ ਜ਼ਿਆਦਾ ਤੁਹਾਡੀ ਆਪਣਤ ਹੁੰਦੀ ਆ ਬਹੁਤ ਜ਼ਿਆਦਾ ਤੁਹਾਡੀ ਸਟਰੋਂਗ ਬੌਂਡਿੰਗ ਹੁੰਦੀ ਆ ਆਈ ਏਮ ਰਾਈਟਿੰਗ ਅ ਲੈਟਰ ਟੂ ਸੈਂਡ ਬਾਈ ਦਾ ਈਵਨਿੰਗ ਪੋਸਟ ਇਟ ਇਜ਼ ਟੂ ਦਾ ਪਰਸਨ ਆਈ ਕੇਅਰ ਫੋਰ ਦਾ ਮੋਸਟ ਰਾਈਟ ਦਾ ਡੇਟ क्लियरली देखो मैं थोनू क्या सी ना कि ज्यों ज्यों ਇਹ ਪੋਇਮ ਪੜੋਂਗੇ ਤਾਂ ਤੁਹਾਨੂੰ ਅਹਿਸਾਸ ਹੋਏਗਾ ਕਿ ਪੋਇਟ ਨੇ ਕੁਝ ਹੱਦ ਤੱਕ ਸਾਨੂੰ ਲੈਟਰ ਲਿਖਣੀ ਵੀ ਸਿਖਾਈ ਹੈ ਬਹੁਤ ਔਖੀ ਲੱਗਦੀ ਹੈ ਬੱਚਿਆਂ ਨੂੰ ਲੈਟਰ ਲਿਖਣੀ ਹੈ ਨਾ ਚਲੋ ਹੁਣ ਆਪਾਂ ਦੇਖਦੇ ਹਾਂ ਕਿ ਲੈਟਰ ਲਿਖੀਦੀ ਕਿਵੇਂ ਹੈ राइट द ਡੇਟ ਕਲੀਅਰਲੀ ਹਮੇਸ਼ਾ ਤਾਰੀਖ ਜਿਹੜੀ ਹੈਗੀ ਹੈ ਕਿ ਕਿਸ ਤਾਰੀਖ ਨੂੰ ਤੁਸੀਂ ਲੈਟਰ ਲਿਖ ਰਹੇ ਹੋ ਉਹ ਤਾਰੀਖ ਜਿਹੜੀ ਹੁੰਦੀ ਹੈ ਉਹ ਬੜੀ ਕਲੀਅਰਲੀ ਸਫਾਈ ਨਾਲ ਲਿਖਣੀ ਚਾਹੀਦੀ ਹੈ ਐਂਡ ਪੁੱਟ ði ਰਾਈਟ ਐਡਰੈਸ ਤੇ ਜਿਹੜੇ ਬੰਦੇ ਤਾਂ ਹੀ ਤੁਸੀਂ ਉਹ ਚਿੱਠੀ ਭੇਜਣਾ ਚਾਹੁੰਦੇ ਹੋ ði ਪਰਸਨ ਹੂ ਸ਼ੁੱਡ ਰੀਸੀਵ ਯੋਰ ਲੈਟਰ ਉਹਦਾ ਐਡਰੈਸ ਤੁਸੀਂ ਬੜੇ ਹੀ ਧਿਆਨ ਤੇ ਕੇਅਰਫੁਲੀ ਲਿਖਣਾ ਤਾਂ ਕਿ ਉਹਦੇ 'ਚ ਕੋਈ ਗਲਤੀ ਨਾ ਰਹਿ ਜਾਏ ਨਹੀਂ ਤਾਂ ਲੈਟਰ ਕਿੱਥੇ ਚਲੀ ਜਾਊਗੀ ਕਿੱਥੇ ਚਲੀ ਜਾਊਗੀ ਲੈਟਰ ਕਿਸੇ ਹੋਰ ਕਾਰਜ ਡਾਕੀਆ ਫੜਾ ਆਏਗਾ write the date clearly and put the right address and begin dearest mummy did anyone guess kenda ohde upar bade pyar naal likho address ik ta address hunda beta pata oh tusi letter te likhna hunda jivein aap class teacher sikhaunde sanu ke left hand corner ch tusi sab to upar address likhna owein aap envelope te vi likhde ha address haan ਉਹ ਕਹਿੰਦਾ ਕਿ ਇੱਕ ਹੁੰਦਾ ਐਡਰੈਸ ਕਿ ਤੁਸੀਂ ਇਹ ਲੈਟਰ ਸਪੈਸ਼ਲੀ ਕਿਹਨੂੰ ਲਿਖ ਰਹੇ ਹੋ ਜਿਵੇਂ ਆਪਾਂ ਲਿਖਦੇ ਹਾਂ ਨਾ ਟੂ ਉਹਨੇ ਆਪਣੀ ਮਦਰ ਨੂੰ ਲੈਟਰ ਲਿਖੀ ਤਾਂ ਟੂ ਡੀਅਰੈਸਟ ਮੰਮੀ ਡਿਡ ਐਨੀ ਵਨ ਗੈਸ ਕਹਿੰਦਾ ਹਾਂ ਤੁਸੀਂ ਗੈਸ ਲਾਇਆ ਕਿ ਮੈਂ ਕਿਹਨੂੰ ਚਿੱਠੀ ਲਿਖੀ ਸੀ ਮੈਂ ਚਿੱਠੀ ਲਿਖੀ ਸੀ ਆਪਣੇ ਮਦਰ ਨੂੰ ਮਤਲਬ ਪੋਇਟਾ ਸਭ ਤੋਂ ਪਿਆਰਾ ਰਿਸ਼ਤਾ ਜੋ ਉਹਨੇ ਕਿਹਾ ਕਿ ਆਈ ਕੇਅਰ ਫॉर द मोस्ट ਦਾ दैट मींस ਪੋਇਟ ਦਾ ਸਭ ਤੋਂ ਜ਼ਿਆਦਾ ਨਜ਼ਦੀਕੀ ਰਿਸ਼ਤਾ ਉਹਦੇ ਮਦਰ ਨਾਲ ਸੀ ਜਿਨ੍ਹਾਂ ਨੂੰ ਉਹ ਚਿੱਠੀ ਲਿਖ ਰਿਹਾ ਹੈ ਹਨਾ ਮਾਈ ਨਿਊ ਪੈਨ ट्रैवल स्लोਲੀ ਕਹਿੰਦਾ ਮੈਂ ਨਵੇਂ ਪੈਨ ਨਾਲ ਚਿੱਠੀ ਲਿਖ ਰਿਹਾ ਟ੍ਰੈਵਲਸ ਸਲੋਲੀ ਇਹਦਾ ਮਤਲਬ ਇਹ ਨਹੀਂ ਕਿ ਪੈਨ ਯਾਤਰਾ ਕਰਨ ਚਲੇ ਗਿਆ ਜਦ ਪੋਇਮ ਲਿਖੀ ਜਾਂਦੀ ਹੈ ਤਾਂ ਉਹਦੇ ਵਿੱਚ ਡਬਲ मीनिंग ਵਰਡਸ ਬਹੁਤ ਯੂਜ਼ ਹੁੰਦੇ ਨੇ ਤਾਂ ਤੁਸੀਂ ਇਹ ਸੋਚ ਸਕਦੇ ਹੋ ਕਿ ਇੱਕ ਸ਼ਬਦ ਦੇ ਕਈ ਮਤਲਬ ਹੁੰਦੇ ਨੇ ਤੁਹਾਡਾ ਦਿਮਾਗ ਵਾਈਡ ਹੁੰਦਾ ਜਦ ਤੁਸੀਂ ਸ਼ਬਦਾਵਲੀ ਨੂੰ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਯੂਜ਼ ਕਰਦੇ ਹੋ ਜਿਵੇਂ ਮੈਂ ਤੁਹਾਨੂੰ ਲਾਸਟ ਟਾਈਮ ਦੱਸਿਆ ਸੀ ਬੱਚਿਓ ਇੱਕ ਵਰਡ ਹੁੰਦਾ ਕਲੇਵਰ ਕਈ ਥਾਂ ਤੇ ਤਾਂ ਕਲੇਵਰ ਚੁਸਤ ਚਲਾਕ ਇਸ ਢੰਗ ਨਾਲ ਲਿਖਿਆ ਜਾਂਦਾ ਕਈ ਥਾਂਾਂ ਤੇ ਕਲੇਵਰ ਮੀਨਸ ਪ੍ਰੈਜ਼ੈਂਸ ਆਫ ਮਾਈਂਡ ਤੇ ਇੰਟੈਲੀਜੈਂਸ ਕਈ ਵਾਰ ਆਪਾਂ ਕਹਿ ਦਿੰਦੇ ਹੀ ਇਜ਼ ਅ ਵੈਰੀ ਕਲੇਵਰ ਮੈਨ ਬਹੁਤ ਚਲਾਕ ਇਨਸਾਨ ਹੈ he is clever he answered very fast teja, na dimaag bahut teejha hai na isi tarah hi unne kaha my new pen travels slowly mera nawa pen page de utte bada holi holi chalda nave pen di jehdi ink hundi hai ya jehdi nib hundi hai thodi ravani na hundi is karke thodi daba ke likhni panni hai thoda slow chalda nawa pen my new pen travels slowly all down the long sheet ਉਹਨੇ ਆਪਣੇ ਮੰਮਾ ਨੂੰ ਇੰਨਾ ਕੁਝ ਲਿਖਣਾ ਸੀ ਕਿ ਕਹਿੰਦਾ ਮੇਰਾ ਪੈਨ ਸਲੋ ਚੱਲ ਰਿਹਾ ਸੀ ਔਰ ਮੈਂ ਪੇਜ ਲਿਖਣਾ ਸੀ ਪਰ ਉਹ ਬੜਾ ਸਲੋ ਲਿਖ ਰਿਹਾ ਸੀ ਮਤਲਬ ਬੱਚੇ ਨੇ ਆਪਣੀ ਮਾਨ ਨਾਲ ਇੰਨੀਆਂ ਗੱਲਾਂ ਸਾਂਝੀਆਂ ਕਰਨੀਆਂ ਸੀ ਕਿ ਉਹਨੂੰ ਆਏ ਲੱਗਦਾ ਸੀ ਕਿ ਮੈਂ ਬੋਲਣਾ ਤਾਂ ਬਹੁਤ ਖੁਸ਼ ਹੈ ਮੈਂ ਲਿਖਣਾ ਤਾਂ ਬਹੁਤ ਖੁਸ਼ ਹੈ ਪਰ ਮੇਰਾ ਪੈਨ ਸਲੋ ਲਿਖ ਰਿਹਾ ਹੈ ਹਨਾ ਇੰਨੀ ਐਕਸਾਈਟਮੈਂਟ ਸੀ ਉਹਨੂੰ ਆਪਣੇ ਮੰਮਾ ਨੂੰ ਚਿੱਠੀ ਲਿਖਣ ਦੀ 올 ਡਾਊਨ ਦ ਲੌਂਗ ਸ਼ੀਟ ਬਿਕੋਜ਼ ਆਈ ਐਮ ਸੋ ਐਂਗਸ਼ੀਅਸ ਟੂ ਕੀਪ ਇਟ ਆਲ ਨੀਟ ਕਹਿੰਦਾ ਹਾਂ ਇਹ ਵੀ ਹੋ ਸਕਦਾ ਹੈ ਕਿ ਮੈਂ ਸ਼ਾਇਦ ਤਾਂ ਵੀ ਸਲੋਲੀ ਲਿਖ ਰਿਹਾ ਕਿ ਮੈਂ ਆਪਣੀ ਚਿੱਠੀ ਬੜੀ ਨੀਟ ਰੱਖਣੀ ਚਾਹਨਾ ਸਾਫ ਰੱਖਣੀ ਚਾਹਨਾ ਹੈ ਨਾ ਪਿਆਰ ਨਾਲ ਲਿਖ ਰਿਹਾ ਸੀ ਤਾਂ ਉਹਨੂੰ ਐਸੀ ਕਿ ਗੰਦੀ ਵੀ ਨਾ ਹੋਏ ਕਿ ਕਿਤੇ ਮੇਰਾ ਹੱਥ ਲੱਗ ਜੇ ਤੇ ਇੰਕ ਨਾ ਫੈਲ ਜੇ ਤਾਂ ਹੌਲੀ ਹੌਲੀ ਪਿਆਰ ਨਾਲ ਲਿਖ ਰਿਹਾ ਸੀ ਐਂਗਸ਼ੀਅਸ ਵੀ ਸੀ ਐਂਗਸ਼ੀਅਸ ਮਤਲਬ ਵਰਡ ਸੀਗਾ ਹੋ ਬਹੁਤ ਜ਼ਿਆਦਾ ਵਾਰਡ ਹੋ ਗਿਆ ਸੀ ਕਿ ਮੈਂ ਚਿੱਠੀ ਵੀ ਲਿਖਣੀ ਹੈ ਮੈਂ ਗੱਲਾਂ ਵੀ ਬਹੁਤ ਜ਼ਿਆਦੀਆਂ ਲਿਖਣੀਆਂ ਨੇ ਤੇ ਮੇਰਾ ਪੈਨ ਵੀ ਸਲੋ ਚੱਲ ਰਿਹਾ ਹੈ ਪਰ ਮੈਂ ਹਪੜਾ ਤਬ੍ਰਿਜ ਆਪਣੀ ਚਿੱਠੀ ਗੰਦੀ ਨਹੀਂ ਕਰਨਾ ਚਾਹੁੰਦਾ ਮੈਂ ਸਾਫ਼-ਸਾਫ਼ ਚਿੱਠੀ ਲਿਖ ਕੇ ਆਪਣੀ ਮੰਮੀ ਨੂੰ ਭੇਜਣਾ ਚਾਹੁੰਦਾ ਟੂ ਕੀਪ ਇਟ ਆਲ ਨੀਡਸ ਆਈ ਕੇਅਰਫੁਲੀ ਬਲੌਟਡ ਟੂ ਡਰਾਈ ਅਪ ਦ ਇਨਕ ਪਹਿਲਾਂ ਜਿਹੜੇ ਹੁੰਦੇ ਸੀ ਨਾ ਬੇਟਾ ਪੈਨ ਹੁਣ ਤਾਂ ਤੁਸੀਂ ਜੈਲ ਪੈਨ ਯੂਜ਼ ਕਰਦੇ ਹੋ ਬਾਲ ਪੁਆਇੰਟਸ ਯੂਜ਼ ਕਰਦੇ ਹੋ ਪਾਇਲਟ ਪੈਨਸ ਯੂਜ਼ ਕਰਦੇ ਹੋ ਜਦ ਪਹਿਲੇ ਟਾਈਮਸ ਮਤਲਬ ਅਸੀਂ ਵੀ ਬਹੁਤ ਛੋਟੇ ਹੁੰਦੇ ਸੀ ਸਾਡੇ ਫਾਦਰਸ ਸਾਡੇ ਮਦਰਸ ਦੱਸਦੇ ਨੇ ਹੁਣ ਵੀ ਮੈਂ ਦੇਖਦੀ ਆ ਬਟ ਹੁਣ ਆਪਾਂ ਘੱਟ ਯੂਜ਼ ਕਰਦੇ ਆ ਫਾਉਂਟੇਨ ਪੈਨਸ ਹੁੰਦੇ ਸੀ ਤੇ ਇੱਕ ਪਾਰਕਰ ਦੀ ਇੰਕ ਆਉਂਦੀ ਹੁੰਦੀ ਸੀ ਇੱਕ ਸਿਆਹੀ ਸ਼ੀਸ਼ੀ ਚਾਹੁੰਦੀ ਹੁੰਦੀ ਸੀ ਪੈਨ ਦੇ ਪਿੱਛੇ ਇੱਕ ਜ ਪ੍ਰੈਸ਼ਰ ਹੁੰਦਾ ਸੀਗਾ ਪਿੱਛੇ ਉਹਦੀ ਬਾਡੀ ਖੋਲ ਕੇ ਉਹ ਪ੍ਰੈਸ਼ਰ ਨਾਲ ਦਬਦੇ ਸੀ ਜਿਵੇਂ ਬੱਚਿਆਂ ਨੂੰ ਡਰਾਪਰ ਨਾਲ ਦਵਾਈ ਦੇਈਦੀ ਆ ਤਾਂ ਪਿੱਛੇ ਡਰਾਪਰ ਨੂੰ ਦਬਦਿਆ ਨਾ ਆਪਾਂ ਉਸੇ ਤਰ੍ਹਾਂ ਪੈਨ ਦੇ ਪਿੱਛੇ ਪਤਲਾ ਜਿਹਾ ਡਰਾਪਰ ਲੱਗਿਆ ਹੁੰਦਾ ਸੀ ਉਹ ਡਰਾਪਰ ਨੂੰ ਦਬਦੇ ਸੀ ਤੇ ਇਨਕ ਸਾਰੀ ਪੈਨ ਚ ਪੜ ਜਾਂਦੀ ਸੀ ਫਿਰ ਉਹਨੂੰ 2-3 ਵਾਰ ਛਣਕਾਉਂਦੇ ਸੀ ਬੰਦ ਕਰਕੇ ਪੈਨ ਨੂੰ ਉਹ ਕਿਉਂ ਛਣਕਾਉਂਦੇ ਸੀ ਕਿਉਂਕਿ ਜਦ ਇਕਦਮ ਇਨਕ ਭਰਦੀ ਸੀ ਤਾਂ ਨਿਬ ਚ ਜ਼ਿਆਦਾ ਇਨਕ ਆ ਜਾਂਦੀ ਸੀ ਤਾਂ ਫਿਰ ਜਦ ਕੋਈ ਬੰਦਾ ਲਿਖਣਾ ਸ਼ੁਰੂ ਕਰਦਾ ਸੀ ਉਹ ਫੈਲ ਜਾਂਦੀ ਸੀ। ਜਾਂ ਫਿਰ ਬਹੁਤ ਜ਼ਿਆਦਾ ਡਿਗਨੀ ਸ਼ੁਰੂ ਹੋ ਜਾਂਦੀ ਸੀ ਬਾਹਾਂ ਲਿਬਰ ਜਾਂਦੀਆਂ ਸੀ ਤਾਂ ਪੇਜ ਵੀ ਖਰਾਬ ਹੋ ਜਾਂਦਾ ਸੀ। ਤਾਂ ਪੋएट ਕਹਿੰਦਾ ਕਿ ਮੈਂ ਦੋ ਤਿੰਨ ਵਾਰ ਆ ਬਲੋਟਡ ਮਾਈ ਪੈਨ ਤਾਂ ਕਿ ਇਹਦੀ ਜਿਹੜੀ ਇਨਕ ਹੈ ਮੇਰੇ ਪੇਜ ਦੇ ਉੱਤੇ ਕਿਤੇ ਗੰਦਗੀ ਨਾ ਫੈਲਾ ਦੇ। ਆਈ ਕੇਅਰਫੁਲੀ ਬਲੋਟਡ ਟੂ ਡਰਾਈ ਅਪ ਦ ਇਨਕ। such nice blotting paper the color is pink ਇੱਕ blotting paper ਹੁੰਦੇ ਸੀ ਬੇਟਾ ਪਹਿਲਾਂ ਹਨਾ ਜਿਵੇਂ tracing paper ਹੁੰਦਾ ਓਵੇਂ blotting paper ਹੁਣ ਵੀ ਹੁੰਦੇ ਨੇ ਪਰ ਹੁਣ ਤੁਸੀਂ ਉਹ ਚੀਜ਼ਾਂ ਇਸ ਕਰਕੇ ਘੱਟ ਯੂਜ਼ ਕਰਦੇ ਹੋ ਕਿਉਂਕਿ ਤੁਹਾਡੇ ਕੋਲ ਫੋਟੋ ਕਾਪੀਜ਼ ਆ ਗਈਆਂ ਫੋਟੋਸਟੈਟ ਮਸ਼ੀਨਜ਼ ਇਰਾਕ ਮਸ਼ੀਨਜ਼ ਆ ਗਈਆਂ ਸਕੈਨਰਸ ਆ ਗਏ ਤੁਹਾਡੇ ਕੋਲ ਪ੍ਰਿੰਟਰਸ ਆ ਗਏ ਪਹਿਲਾਂ ਕੀ ਹੁੰਦਾ ਸੀ ਜਦ ਅਸੀਂ ਕਿਸੇ ਚੀਜ਼ ਦੀ ਕਾਪੀ ਰੱਖਣੀ ਹੁੰਦੀ ਸੀ ਇਹ ਕਾਰਬਨ ਪੇਪਰ ਆਉਂਦਾ ਸੀ ਬਲੂ ਕਲਰ ਦਾ ਹੁਣ ਵੀ ਜਿਹੜੇ ਕਲਰਕਸ ਹੁੰਦੇ ਨੇ ਜਿਹੜੇ ਹੁਣ ਵਾਲੇ ਕਲਰਕਸ ਨੇ ਉਹ ਕਾਟਿਊਸ ਕਰਦੇ ਨੇ ਕਿਉਂਕਿ ਹੁਣ ਉਹਨਾਂ ਕੋਲ ਪਰਸਨਲ ਕੰਪਿਊਟਰਸ ਨੇ ਲੈਪਟਾਪਸ ਨੇ ਹਨਾ ਪਰ ਪਹਿਲਾਂ ਇਹ ਕੁਝ ਨਹੀਂ ਹੁੰਦਾ ਸੀ ਤਾਂ ਫਿਰ ਕੁਝ ਵੀ ਚੀਜ਼ ਅਗਰ ਲਿਖ ਕੇ ਉਹ ਪੜਤਾ ਸਾਹਮਣੀਆਂ ਪੈਂਦੀਆਂ ਤਾਂ ਉਹ ਨੀਚੇ ਕਾਰਬਨ ਪੇਪਰ ਲਗਾ ਕੇ ਉੱਪਰ ਲਿਖਦੇ ਸੀ ਆਟੋਮੈਟਿਕਲੀ ਨੀਚੇ ਛਪ ਜਾਂਦਾ ਸੀ ਜਿਹਨੂੰ ਤੁਸੀਂ ਛਾਪਾ ਕਹਿੰਦੇ ਹੋ ਹਨਾ ਕਹਿੰਦੇ ਨੇ ਕਿ ਬੱਚੇ ਅਸੀਂ ਛਾਪਾ ਲਾਇਆ ਜੀ 댓 ਇਜ਼ ਟ੍ਰੇਸਿੰਗ ਪੇਪਰ ਕਾਰਬਨ ਸ਼ੀਟ ਬਲੌਟਿੰਗ ਹਨਾ ਤਾਂ ਕਈ ਕਲਰਸ ਚ ਬਲੋਟਿੰਗ ਪੇਪਰ ਲਾਈਕ ਪਿੰਕ ਚ ਕਲਰ ਦਾ ਆਂਦਾ ਹੁੰਦਾ ਸੀ ਹੈਨਾ ਉਹਦੇ ਉੱਤੇ ਉਹ ਆਪਣੀ ਇੰਕ ਕਲੀਨ ਕਰਕੇ ਉਹਨੇ ਆਪਣੀ ਚਿੱਠੀ ਫੇ ਲਿਖਣੀ ਸ਼ੁਰੂ ਕਰ ਦਿੱਤੀ ਤਾਂ ਕਿ ਉਹ ਜਿਹੜੀ ਇੰਕ ਹੈ ਬਲੋਟਿੰਗ ਪੇਪਰ ਸੋਕ ਕਰ ਲੇ ਪਰ ਚਿੱਠੀ ਉਹਦੀ ਬਿਲਕੁਲ ਸਾਫ ਸੁਥਰੀ ਰਹੇ ਆ ਟਰਨ ਦਾ ਪੇਜ ਓਵਰ ਐਂਡ ਔਨ ਗੋਸ ਮਾਈ ਪੈਨ ਮੈਂ ਆਪਣੇ ਪੇਜ ਨੂੰ ਟਰਨ ਓਵਰ ਕਰ ਲਿਆ ਪਾਸਾ ਬਦਲ ਲਿਆ ਫਿਰ ਮੇਰਾ ਪੈਨ ਆਪਣੇ ਯਾਤਰਾ ਤੇ ਲੱਗ ਗਿਆ ਮੈਂ ਫੇਰ ਚਿੱਠੀ ਲਿਖਣੀ ਸ਼ੁਰੂ ਕਰ ਦਿੱਤੀ ਟਿਲ ਲਾਸਟਲੀ ਕਮ ਕਿੱਸਸ ਥੇਅਰ ਇਜ਼ ਜਸਟ ਰੂਮ ਫॉर 10 ਤਾਂ ਫੇਰ ਕੀ ਹੋਇਆ ਅਖੀਰ ਚ ਉਹਨੇ ਆਪਣੇ ਮਦਰਸ ਨੂੰ ਬਹੁਤ ਸਾਰਾ ਪਿਆਰ ਭੇਜਿਆ ਕਿੱਸਸ ਬਣਾ ਕੇ ਭੇਜੀਆਂ 10 ਕ ਸ਼ਬਦਾਂ ਦੀ ਜਗ੍ਹਾ ਰਹਿ ਗਈ ਸੀ ਉਹਨੇ ਕਿੱਸਸ ਨਾਲ ਆਪਣੀ ਚਿੱਠੀ ਭਰਤੀ ਆਪਣੇ ਮਾਂ ਨੂੰ ਜਿੰਨਾ ਪਿਆਰ ਦਿਖਾ ਸਕਦਾ ਸੀ ਉਹਨੇ ਉਹ ਲਾਸਟ 10 ਕਿੱਸਸ ਜਾਂ ਲਾਸਟ 10 ਵਰਡਸ ਆਪਣੀ ਮਦਰ ਨੂੰ ਦਰਸਾ ਦਿੱਤਾ The envelopes ready. This word is not envelope. Envelope is no word. It e, is French word here. the pronunciation is envelope, envelope be can dena, but correct pronunciation is envelope. The envelopes ready. Ta envelope hunda. Jide chappa chitti ponia kena. Meri ready si envelope. Ode to ne address neatly, penayi likha ho आई पुट दिस स्टैम्प ऑन टिकट ਹੁੰਦੀ ਨਾ 10 ਪੈਸੇ ਦੀ 20 ਪੈਸੇ ਦੀ ਡਿਪੈਂਡ ਕਰਦਾ ਡਿਸਟੈਂਸ ਕਿੰਨਾ ਉਹਦੇ ਤੇ ਗਾਂਧੀ ਜੀ ਦੀ ਫੋਟੋ ਬਣੀ ਹੁੰਦੀ ਸੀ ਕਿਤੇ ਤੇ ਕুইਨ ਅਲਜਬੈਥ ਦੀ ਬਣੀ ਹੁੰਦੀ ਸੀ ਕਹਿੰਦਾ ਮੈਂ ਉਹਦੇ ਤੇ ਸਟੈਂਪ ਵੀ ਲਗਾ ਦਿੱਤੀ ਐਂਡ ਰਨ ਟੂ ਦ ਪੋਸਟ ਬਾਕਸ ਫੇਰ ਇੱਕ ਲੈਟਰ ਬਾਕਸ ਪੋਸਟ ਬਾਕਸ ਹੁੰਦਾ ਉਹਦੇ ਕੰਨੀ ਭੱਜਿਆ ਦੌੜ ਲਗਾ ਕੇ ਐਂਡ ਨਾਓ ਇਟ ਹੈਜ਼ ਗੋਨ ਜਾਦੋਂ ਨੇ ਪੋਸਟ ਬਾਕਸ ਚੋਂ ਚਿੱਠੀ ਪਾਈ ਪੋਸਟਮੈਨ ਆਇਆ ਚਿੱਠੀਆਂ ਕੱਢੀਆਂ ਬਾਅਦ ਚ ਪਾਈਆਂ ਘਰੋਂ ਘਰੀ ਚਲੇ ਗਿਆ ਵੰਡਣ ਵਾਸਤੇ ਅੱਛਾ ਬੇਟਾ ਹੁਣ ਇੱਕ ਗੱਲ ਦੱਸੋ ਕਿ ਜਿਹੜੀਆਂ ਤਾਂ ਲੋਕਲ ਚਿੱਠੀਆਂ ਨੇ ਉਹ ਤਾਂ ਚਲੋ ਪੋਸਟਮੈਨ ਪੋਸਟ ਬਾਕਸ ਚੋਂ ਕੱਢ ਕੇ ਲੈ ਜਾਂਦਾ ਜਿਹੜੀਆਂ ਚਿੱਠੀਆਂ ਦੂਰ ਡਿਸਟੈਂਸ ਵਾਲੀਆਂ ਨੇ ਉਹ ਕਿਵੇਂ ਜਾਂਦੀਆਂ ਨੇ ਸੋਚਿਆ ਤੁਸੀਂ ਇਹਦੇ ਸੋਚੋਗੇ ਕਿਵੇਂ ਤੁਸੀਂ ਹੁਣ ਚਿੱਠੀ ਲਿਖਦੇ ਹੀ ਨਹੀਂ ਤੁਹਾਨੂੰ ਚਿੱਠੀ ਲਿਖਣ ਦੀ ਆਦਤ ਹੀ ਨਹੀਂ ਤੁਸੀਂ ਤਾਂ WhatsApp chat and Facebook aur sara kuch use karde ho ha na ta beta trains te jandiyan hundiyan si chitthiyan hun vi jandiyan ne par hun thoda ohi gall hai kat gaya mahol trains te chitthiyan jandiyan si fir add add post offices te band ditiyan jandiyan si area wise isse karke hi jad tu si address likhde ho ta sab to important cheez ki hundi hai pin code ਪਿੰਨ ਕੋਡ ਪਤਾ ਕੀ ਹੁੰਦਾ ਜਿਹੜਾ ਨੀਚੇ ਨੰਬਰ ਜਿਵੇਂ 147001 that is the area code or the pin code ਹੁਣ ਪੋਸਟਮੈਨ ਨੂੰ ਕੀ ਪਤਾ ਕਿ ਮੈਂ ਇਹ ਵਾਲਾ ਬੰਡਲ ਕਿਹੜੇ ਏਰੀਆ ਚ ਦੇ ਕੇ ਆਣਾ ਹੁਣ ਪਟਿਆਲਾ ਸ਼ਹਿਰ ਜਾਂ ਚੰਡੀਗੜ੍ਹ ਮੋਹਾਲੀ ਜਾਂ ਜਲੰਧਰ ਇਹ ਤਾਂ ਕਿੰਨੇ ਵੱਡੇ ਹੁਣ ਸਾਨੂੰ ਕੀ ਪਤਾ ਸੀ ਕਿਹੜੀ ਜਗ੍ਹਾ ਤੇ ਇਹ ਬੰਡਲ ਭੇਜਣਾ ਤਾਂ ਉਹ ਬੰਡਲ ਕਿਵੇਂ ਬਾਇਫੋਰਗੇਟ ਕੀਤਾ ਜਾਂਦਾ ਸੀ ਜਾਂ ਕਿਵੇਂ ਡਿਸਟਿੰਗੁਇਸ਼ ਕੀਤਾ ਜਾਂਦਾ ਸੀ ਵਿਦ ਹੈਲਪ ਆਫ ਦਾ ਪਿੰਨ ਕੋਡ অর ਦਾ ਏਰੀਆ ਕੋਡ which is a 6th digit न्यूमेरिकल कोड न्यूमेरिकल डिजिट्स ਦਾ ਹੋ ਕੋਡ ਹੁੰਦਾ ਠੀਕ ਹੈ ਬੇਟਾ ਆਈ ਹੋਪ ਤੁਹਾਨੂੰ ਲੈਟਰ ਸਮਝ ਆ ਗਈ ਇੱਕ ਵਾਰ ਮੈਂ ਐਕਸਟੈਂਸਿਵਲੀ onu ਰੀਡ ਕਰ ਦਿੰਨੀ ਆ ਹੁਣ ਤੁਹਾਨੂੰ ਆਰਾਮ ਨਾਲ ਸਮਝ ਆਊਗੀ ਹੁਣ ਤੁਸੀਂ ਅੱਖਾਂ ਬੰਦ ਕਰਕੇ ਪੋਇਮ ਸੁਣੋ ਤੁਹਾਡੇ ਅੱਗੇ ਤੁਹਾਡੇ ਮਦਰ ਦੀ ਫਿਗਰ ਆਊਗੀ ਹਨਾ ਕਿੰਨਾ ਕੁਝ ਦਿਮਾਗ ਚ ਆਊਗਾ ਚਲੋ ਮੈਂ ਹੁਣ ਰੀਡ ਕਰਦੀ ਆ ਤੁਸੀਂ ਅੱਖਾਂ ਬੰਦ ਕਰਕੇ ਪੋਇਮ ਸੁਣਨੀ ਹੈ ਔਰ ਦੇਖੋ ਫਿਰ ਤੁਹਾਨੂੰ ਤੁਹਾਡੇ ਮਦਰ ਨਾਲ ਕਿੰਨੀ ਅਟੈਚਮੈਂਟ ਫੀਲ ਹੋਊਗੀ I am writing a letter to send by the evening post. It is to the person I care for the most. Write the date clearly and put the right address and begin, Dearest Mummy, did anyone guess? My new pen travels slowly all down the long sheet because. I am so anxious to keep it all neat. I carefully blot it to dry up the ink. Such nice blotting paper, the color is pink. I turn the page over and on goes my pen. Till lastly come kisses, there is just room for ten. The envelopes ready. I put the stamp on and run to the post box, and now it has gone. Good. And this is how you recite a poem. Poem reciting is an art, the recitation of a poem is an art. you have to put in lot of expressions taki sunan wale nu samajh aaye je ki poem hai ki hai ha na kyunki sidhe shabda ch nahi hundi rhythmic hundi hai theek hai word meanings and make sentences thode je words ne jo mainu lagda hai bachche nu thodi thodi confusion ho jandi hai unna da matlab samajh nahi aunda chalo thonu assi matlab samjha dende ha taki jad tu khud ba khud poem padho ta tu nu aram nal samajh aa jaye so first word is clearly ਇਤ ਤੋਂ ਸਾਰਿਆਂ ਨੂੰ ਪਤਾ ਕਲੀਅਰ ਮੀਨ ਸਾਫ ਕਲੀਅਰਲੀ ਮੀਨ ਸਫਾਈ ਨਾਲ ਇਨ ਅ ਵੇ ਥੈਟ ਇਜ਼ ਈਜ਼ੀ ਟੂ ਸੀ ਹੇਅਰ অর ਅੰਡਰਸਟੈਂਡ ਇਕ ਚੀਜ਼ ਜੋ ਸਾਫ ਟੰਗ ਨਾਲ ਦੇਖੀ ਸੁਣੀ ਸਮਝੀ ਜਾ ਸਕੇ ਰੀਆ ਕਲੀਅਰਲੀ ਅੰਡਰਸਟੂਡ ਦ ਟਾਪਿਕ ਰੀਆ ਨੂੰ ਟਾਪਿਕ ਬੜੀ ਸਫਾਈ ਬੜੇ ਧਿਆਨ ਨਾਲ ਸਮਝ ਆ ਗਿਆ ਐਂਕਸ਼ੀਅਸ ਵਰਡ ਐਂਡ ਅਫਰੇਡ ਘਬਰਾਣਾ ਖਬਰਾਂਟ ਨਾਲ ਡਰਨਾ ਉਵੇਂ ਦਾ ਡਰਨਾ ਨਹੀਂ ਖਬਰਾਂਟ ਨਾਲ ਡਰਨਾ ਆਈ ਗੌਟ ਐਂਕਸ਼ੀਅਸ ਵੈਨ ਸ਼ੀ ਡਿਡਨਟ ਰਿਟਰਨ ਬਾਏ 9:00 ਮੈਨੂੰ ਬੜੀ ਕਬਰਾਂਟ ਹੋਈ ਮੈਨੂੰ ਬੜਾ ਡਰ ਲੱਗ ਗਿਆ ਜਦੋਂ 9 ਵਜੇ ਤੱਕ ਪਰਤੀ ਹੀ ਨਹੀਂ ਟਰੈਵਲਸ ਗੋਜ਼ ਫਰਮ ਵਨ ਪਲੇਸ ਟੂ ਅਨਦਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਜਾਣਾ ਇਜ਼ ਟਰੈਵਲਸ ਸ਼ੀ ਟਰੈਵਲਸ ਐਵਰੀ ਸੈਟਰਡੇ ਟੂ ਅਟੈਂਡ ਦ ਸੈਮਿਨਾ हर शनिवार यात्रा कर ट्रैवल करती है सेमिनार अटेंड करने कि एक इंक का तुबका या एक तब्बा छुट जाता है पेपर के हाँ ब्लॉट। अट देपर बिगेन टू बलॉट वेन शू यूज द न्यू पेन ਜਦੋਂ ਨੇ ਨਵੇਂ ਪੈਨ ਇਸਤੇਮਾਲ ਕੀਤਾ ਤਾਂ ਪੇਪਰ ਦੇ ਉੱਤੇ ਤੱਬਾ ਲੱਗ ਗਿਆ ਹੁਣ ਵੀ ਅਗਰ ਤੁਸੀਂ ਜੈਲ ਪੈਨਸ ਦੇਖੋ ਉਹਦੇ ਅੱਗੇ ਇੱਕ ਪਲਾਸਟਿਕ ਦਾ ਸਟਾਪਰ ਆਂਦਾ ਜਦ ਤੁਸੀਂ ਪਲਾਸਟਿਕ ਦਾ ਸਟਾਪਰ ਉਤਾਰ ਕੇ ਇੱਕਦਮ ਸਟਾਰਟ ਕਰਦੇ ਹੋ ਨਵੇਂ ਪੈਨ ਨਾਲ ਲਿਖਣਾ ਤਾਂ ਕਿਤੇ ਨਾ ਕਿਤੇ ਇੱਕ ਡਾਟ ਬੜਾ ਡਾਰਕ ਜਾਂ ਪੇਪਰ ਦੇ ਉੱਪਰ ਛੁੱਟ ਜਾਂਦਾ ਹੈ ਹਨਾ ਅਨਵਲਪ ਅ ਫਲੈਟ ਪੇਪਰ ਕੰਟੇਨਰ ਵਿਦ ਅ ਫਲੈਟ ਯੂਜ਼ ਟੂ ਕੀਪ ਅ ਲੈਟਰ ਔਰ ਡਾਕੂਮੈਂਟ ਇਨਸਾਈਡ ਹੈ ਨਾ ਇੱਕ ਔਨਵੈਲਪ ਹੁੰਦਾ ਜਿਵੇਂ ਸ਼ਗਨ ਵਾਲਾ ਕਾਰਡ ਉਹ ਵੀ ਇੱਕ ਔਨਵੈਲਪ ਹੁੰਦਾ ਜਿਹਦੇ ਅੰਦਰ ਤੁਸੀਂ ਚਿੱਠੀ ਪੱਤਰ ਜਾਂ ਪੈਸੇ ਕਿਸੇ ਨੂੰ ਦੇਣ ਵਾਸਤੇ ਪਾ ਸਕੋ ਆਈ ਓਪਨਡ ði ਔਨਵੈਲਪ ਟੂ ਸੀ ਮਾਈ ਸਰਟੀਫਿਕੇਟ ਆਫ ਮੈਰਿਟ ਮੈਂ ਔਨਵੈਲਪ ਖੋਲਿਆ ਉਹਦੇ ਵਿੱਚ ਮੇਰਾ ਸਰਟੀਫਿਕੇਟ ਸੀ ਟਰਨ ਓਵਰ to change the position of something ਕਿਸੇ ਚੀਜ਼ ਦੀ ਪੋਜੀਸ਼ਨ ਨੂੰ ਚੇਂਜ ਕਰਨਾ ਉੱਥੇ ਕੀ ਲਿਖਿਆ ਸੀ ਉਹਨੇ ਆਈ ਟਰਨ ਓਵਰ ਦਾ ਪੇਜ ਤਾਂ ਆਈ ਹੈਡ ਟੂ ਟਰਨ ਓਵਰ ਦਾ ਪੇਜ ਟੂ ਲੁੱਕ ਫਾਰ ਦਾ ਐਸੇ ਮੈਨੂੰ ਕਿਤਾਬ ਦੇ ਵਰਕੇ ਬਲਟਨੇ ਪਏ ਐਸੇ ਪੜਨ ਵਾਸਤੇ ਐਂਡ ਨਾਓ ਵੀ ਹੈਵ ਆਨਸਰ ਦਾ ਫੋਲੋਇੰਗ ਕੁਐਸਚਨਸ ਤੁਸੀਂ ਖੁਦ ਵੀ ਕੋਸ਼ਿਸ਼ ਕਰਨੀ ਹੈ ਕੁਐਸਚਨ ਦਾ ਆਨਸਰ ਲੱਭਣ ਵਾਸਤੇ ਓਕੇ So, question 1 is, who is the poet writing the letter to? Ki poet, kisnu chithi likh hai? Na? The poet is writing the letter to his mother. Unne likhya se no dearest mummy? Ta kisnu likh raha hai ho poem? Kisnu likh hai letter? He is writing the letter to his mother. Okay. What did the poet write on the envelope? Poet ne envelope de upper ki likhya? Ki likhya envelope de upper? Thonu dasya si na main kis cheez li use hundi envelope. The poet wrote the address on the envelope. Envelope de upper poet ne address likhya si. Why was the poet anxious? Q hoya si anxious? Kabraya Q si poet? Kyu kabraya? ਦੱਸੋ ਤਾਂ yes very good the poet was anxious because of the meekness of the letter poet nu es gal di kabraat si ki kithe mera nawa pen apni ink na chhad de te meri chitthi wala page ganda na ho je kithe mera nawa pen ink da thabba na chhad de what is the message of My pen travels slowly. What is the meaning of this phrase? My pen travels slowly. This means that the poet writes slowly so that the letter comes out to be neat. Is the matlab hai? poet slowly taan si, taki letter hai, oho neat what is the meaning of this just room for 10 tone dassya si na main ki 10 ke shabdan di hi jagah bachi si there's just room for 10 means that the letter has very little space left for writing any more things ta chitthi de andar sirf 10 ke shabdan jogi hi jagah reh gayi si very good chalo hun apna sab to akha kaam ho gaya ਕਵੈਸਚਨ ਆਨਸਰਸ ਹਨਾ ਕਿੰਨੇ ਔਖੇ ਲੱਗਦੇ ਨੇ ਕਵੈਸਚਨਸ ਆਨ ਕਵੈਸਚਨ ਆਨਸਰਸ ਕਹਿੰਦੇ ਆਈ ਕੈਨ ਅੰਡਰਸਟੈਂਡ ਐਵਰੀ ਚਿਲਡਰਨ ਐਵਰੀ ਚਾਈਲਡ ਇਸ ਕੰਪਲੇਨਿੰਗ ਕਿ ਮਮਾ ਪਾ ਕੁਝ ਹੋਰ ਕਰ ਲੀਏ ਜੀ ਕਵੈਸਚਨ ਆਨਸਰਸ ਕਰ ਲੂ ਕਰ ਲਾਂਗੇ ਯੂ ਚਿਲਡਰਨ ਆਰ ਸੋ ਮੱਚ ਸਕੈਅਰਡ ਐਂਡ ਸੋ ਮੱਚ ਬੋਰਡ ਆਫ ਕਵੈਸਚਨ ਆਨਸਰਸ ਯੂ نو ਵਾਈ ਬਿਕਾਜ਼ ਐਕਚੁਅਲੀ ਥੋਨੂੰ ਪੋਇਮ ਯਾ ਥੋਨੂੰ ਐਸੇ ਯਾ ਥੋਨੂੰ ਚੈਪਟਰ ਪ੍ਰੋਪਰਲੀ ਸਮਝ ਨਹੀਂ ਆਇਆ ਹੁੰਦਾ ਇਸੇ ਕਰਕੇ ਥੋਨੂੰ ਕਵੈਸਚਨ ਆਨਸਰਸ ਲਿਖਣਾ ਛੇ ਨਹੀਂ ਲੱਗਦੇ ਅਗਰ ਤੁਸੀਂ ਉਸ ਚੀਜ਼ ਨੂੰ ਪ੍ਰੋਪਰਲੀ ਰੀਡ ਕਰ ਲੋਗੇ ਪ੍ਰੋਪਰਲੀ ਅੰਡਰਸਟੈਂਡ ਕਰ ਲੋਗੇ ਜਦ ਟੀਚਰਸ ਤੁਹਾਡੇ ਐਕਸਪਲੇਨ ਕਰ ਰਹੇ ਹੁੰਦੇ ਨੇ ਕਲਾਸ ਚ ਉਸ ਪਾਰਟਿਕੂਲਰ ਟਾਪਿਕ ਨੂੰ ਅਗਰ ਤੁਸੀਂ ਉਹਨੂੰ ਬੜੀ ਹੀ ਧਿਆਨ ਨਾਲ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋਗੇ ਦੈਨ ਐਨੀ ਕੁਐਸਚਨ ਆਨਸਰ ਇਜ਼ ਈਜ਼ੀ ਯੂ نو ਕਿਸੇ ਵੀ ਕੁਐਸਚਨ ਦਾ ਆਨਸਰ ਦੇਣਾ ਈਜ਼ੀ ਹੈ ਕੁਐਸਚਨ ਤਾਂ ਔਖਾ ਲੱਗਦਾ ਆਨਸਰ ਕਰਨਾ ਬਿਕੋਜ਼ ਤੁਹਾਨੂੰ ਆਨਸਰ ਪਤਾ ਹੀ ਨਹੀਂ ਹੁੰਦਾ ਕਿਉਂਕਿ ਆਨਸਰ ਹਮੇਸ਼ਾ ਚੈਪਟਰ ਦੇ ਵਿੱਚ ਹੀ ਹੁੰਦਾ ਹੈ And before I do this exercise, a little bit of knowledge I would like to share with you is the best way of reading anything, whether it be a poem or whether it be a chapter. You know what the better way is? First, read it intensively. So, intensive reading karo, munch, apparu, bilkul chup, shanti, chana. Thoda baath thunu, khudi samajh उस तो बाद एक्सटेंसिव रीडिंग क्लास टीचर रीड करता बच्चे सुनते ने या टीचर आस एनी वन चाइल्ड टू स्टैंड अप एंड डू द रीडिंग ठीक है इस तरह ही पोएम पोएम बिकम वेरी इंटरेस्टिंग इफ यू डू इट बाय चैंटिंग मतलब ओन गान की तरह कोशिश करो बोलन की तो बड़ी ही इंटरेस्टिंग क्योंकि हमेशा लैच जाती है पोएम द फर्स्ट द पोएम शुड बी एक्सप्लेन एंड देन वंस शुड बी Uh, recited by the teacher and then the class should be asked to recite it on the whole and then you see how much interesting this exercise of recitation becomes. <coughs> Chalo, write the correct uh, rhyming word for the following words. Dekho, hun ikta word thonu mein hai, dusra tusi koshish karne hai apni poem cho dekh labne hai ki edi nal koi match karne Post, पोस्ट नाल देखो अपनी पोयम थोड़े सामने पोयम है देखो कोई मैच uh, कर दे पोस्ट नाल ना देखते इट इज द परसन आई केयर फॉर द मोस्ट सो द राइमिंग वर्ड ऑफ पोस्ट इज मोस्ट यस सेकंड इज एड्रेस सो लेट्स सी इन आ पोएम विच इज द राइमिंग वर्ड फॉर एड्रेस And begin, dearest mummy. Did anyone guess? Even the last three, alphabets are same. E W S. Address and guess. Third is sheet. Hmm. socho cho tak me vapas janiya slide te, socho sheet na kisi. Sheet. All down the long sheet because I am so anxious to keep it all neat. Sheet and neat yes so post was kisi post the. address sheet ink so let's see ink da key hai in the poem i carefully blotted to dry up the ink such nice blotting paper the color is pink so post most address

There is just room for 10, pen, 10, okay. And then on, wow, on the key, let's go back and see, on. I put the stamp on and run to the post box and now it has gone, on and gone, very good. So, we have post, we have most. Then we have address, then we have sheet, neat, ink pink, pen ten, on, gone. Yes. And let's move to the next part. Sorry, Answer Vikalya rhyming words. Yes. Let us come to the theme of the poem. Vese si what is the theme? But this is the theme which I thought would be appropriate for you to understand. The poem teaches us how to write a letter, poem saano sakhandiya ki letter kis tang nal likhi It tells us that we need to address the person to whom we are writing the letter. Hamesha ek address likhna bahut zaruri hai, taanki saadi chithi jino aasi ustak us tak proper tarike nal, sahi tang nal then comes the body or the content of the letter hun ik address ta oh si ik address hunda ki tusi kinu likh rahe ho to mommy ya to rajiv ya to neetu hai na taaki us bandi ohi banda khol ke chitthi pade okay and then agge ki shuru hunda the body of the letter the content ki oh de vich assi likhna ki chahunde hai ki mama tusi theek thak ho ya rajiv chuttiyan ch tu aa rahe hai ki nahi jo vi jo thoda main mudda hai kis bare tusi chitthi likh rahe ho that is called the body of the letter it educates us to keep our paper clean while writing a letter and also to block the pen properly while writing so that it does not leave any ink behind sanu e vi dassya is poem ch ki hamesha letter letter ki mere mainu ta lagda ki jo vi kam tusi karo hamesha pehla apna pen oda nib zarur saaf karna chahida chahe gel pen hai uno ik var kithe zarur पॉइंट आउट कर लो ताकि एक्स्ट्रा इंक क्लीन हो जाए सो दैट व्हेन यू राइट अ लेटर फॉर दैट मैटर इफ यू राइटिंग एनीथिंग इट शुड कम आउट नीट क्योंकि मैं बहुत बार देखती हूं स्कूल्स भी बच्चे पेन नीट अप नहीं करते या ब्लॉटिंग छट जाता है तो फिर वो ऐसे कोनी पे लग जाता है व्हाइल राइटिंग एंड वो जिथे जिथे भी लगदी है द होल थिंग गेट स्पॉइल्ड देन We need to conclude the letter by paying regards and also put our name in the end. Sanuhamesha Pyar Pari Satsri Kalaki, Zrud zaroor likhni Vadya and the other man, zaroor Karna Jaida, Sare Parivarnu, Sashikal Bloni Chaidiya, and then we should end the letter and put our name in the end. then we write the address on the outside of the envelope oh thonu dassya si ki on envelope de barvik address likhna bahut zaruri hunda otherwise chithi hawa chi reh jugi oh pahunchugi nahi thode dost tak thode rishtedar tak and put a stamp on the top aur ek ticket vi lagdi hundi hai thonu dassya si me according to the distance the ticket is like pehla hundi si 10 paise di 5 paise di hun ta bahut mehangi ho gayi hain tickets vi bar bhejne to hor vi zyada mehangi hundiyan ne utte 100 rupaye di vi lagdi hai and there goes the letter into the letter box and then we are supposed to reach up to the letter box and put the letter in the box so that othna mm -hmm. sadha postman jad apniya letters katthena postcard then delivery was there the othna sadha chitv card and off it flies to the person we want it to reach to or if it chitv jandhi othna jitya sitchone jitha sadha chitv jayi sadha ਪਹੁੰਚੇ ਉੱਥੇ ਸਾਡੀ ਚਿੱਠੀ ਚਲੀ ਜਾਂਦੀ ਹੈ ਹੁਣ ਤੁਹਾਨੂੰ ਇਹ ਦਿਮਾਗ 'ਚ ਵੀ ਰੱਖਣਾ ਪਊਗਾ ਕਿ ਇਹ ਪੋਇਮ ਤਾਂ ਇੱਕ ਹੈ ਹੀ ਬੜੀ ਪਿਆਰੀ ਪਿਆਰ ਭਰੀ ਬਾਟ this has also taught us how to write a letter ਤਾਂ ਹੁਣ ਤੁਹਾਨੂੰ ਯਾਦ ਰਹੂਗਾ ਕਿ ਜਦ ਅਸੀਂ ਲੈਟਰ ਲਿਖਣੀ ਹੈ ਤਾਂ ਅਸੀਂ ਉੱਪਰ ਜਿਸ ਨੂੰ ਲਿਖ ਰਹੇ ਹਾਂ ٹو کر کے منشن او بندہ منشن کرنا ہے دین دا باڈی اف دا لیٹر کہ اسی لیٹر چکی مدہ لکھ رہے ہیں او دین نیچے ریگارڈ ضرور دینے نے اس تو بعد نیچے ਤੁਸੀਂ اپنا نام ضرور منشن کرنا ہے کہ چٹھی بھیجنے والا کون ہے اینڈ دین یو हैव टू पुट द لیٹر ان دی انویلپ اینڈ دین یو رائٹ دی ایڈریس ان دی انویلپ اینڈ پٹ ا ٹکٹ اینڈ دین दैट انویلپ گوز انٹو دی لیٹر باکس the postman comes take out the letter and then it goes to deliver authority to the pon jandiyan jithe tusi onu pahunchana chande ho so yes now comes the most interesting part that is the feedback jad tusi homework karde ho ta teachers nu pata lagda hai ki sade efforts kinne kamyab hoye and then we make changes to make things better for you so today it's a different kind of a homework i have designed for you not the usual type oh hamesha wala homework nahi hai thoda indo interesting kita taki bacche homework karen ta thodi neja nal write a letter to your loved one tosi apne ek bade hi pyare mitra nu saheli nu ya apne kisi relative nu ek chithi likhni hai in which you write a poem of 4 to 6 lines us chiththi de vich tusi 4 to 6 linean de cute ji choti ji pyari ji poem likhni hai showing your love for the dear one us insaan vaste pyar dikhana hai jisnu tusi pyar bhari chiththi likhi hai and you have written to matlab tusi oh jehdi poem hegi a 4 to 6 linean di ਉਸ ਬੰਦੇ ਨੂੰ ਅਹਿਸਾਸ ਕਰਾਉਣਾ ਚਿੱਠੀ 'ਚ ਆਪਣੀ ਪੋਇਮ ਲਿਖ ਕੇ ਕਿ ਮੈਂ ਤੈਨੂੰ ਕਿੰਨਾ ਯਾਦ ਕਰਦਾ ਹਾਂ ਜਾਂ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ ਓਕੇ ਇਟ ਕੈਨ ਬੀ ਟੂ ਯਰ ਫਰੈਂਡ ਇਟ ਕੈਨ ਬੀ ਟੂ ਯਰ ਰਿਲੇਟਿਵ ਇਟ ਕੈਨ ਬੀ ਟੂ ਯਰ ਮਦਰ ਫਾਦਰ ਸਿਸਟਰ ਬ੍ਰਦਰ ਯੋਰ ਟੀਚਰ ਐਨੀਵਨ ਸੋ ਚਿਲड्रन ਵੀ ਕਮ ਟੂ ਦ ਐਂਡ ਆਫ ਦ ਸੈਸ਼ਨ ਐਂਡ ਆ ਹੋਪ That uh, you have understood what I have tried to teach you, and definitely next time again, I'll plan something very interesting for you. Till then, have a good day and keep reading, keep learning, and keep doing your homework. Thank you so much.